ਨਰਮੇ ਹੇਠਾਂ ਰਕਬਾ ਘਟਣ ਕਾਰਨ ਖੇਤੀਬਾੜੀ ਵਿਭਾਗ ਦੀ ਵਧੀ ਚਿੰਤਾ। ਅਧਿਕਾਰੀਆਂ ਤੇ ਕਰਮਚਾਰੀਆਂ ਵੱਲੋਂ ਜੰਗੀ ਪੱਧਰ ਤੇ ਅਭਿਆਨ ਸ਼ੁਰੂ। ਮੁਹਿੰਮ ਕਾਰਨ ਅਧਿਕਾਰੀਆਂ ਤੇ ਕਰਮਚਾਰੀਆਂ ਦੀਆਂ ਛੁੱਟੀਆਂ ਵੀ ਰੱਦ। ਗੁਲਾਬੀ ਸੁੰਡੀ ਦੇ ਹਮਲੇ ਨੇ ਬਰਬਾਦ ਕੀਤੀ ਨਰਮਾ ਪੱਟੀ। ਪੰਜਾਬ ਸਰਕਾਰ ਦੀਆਂ ਹਦਾਇਤਾਂ ਤੋਂ ਬਾਅਦ ਗੁਲਾਬੀ ਸੁੰਡੀ ਕਾਰਨ ਬਰਬਾਦ ਹੋਈ ਨਰਮਾ ਪੱਟੀ ਨੂੰ ਮੁੜ ਬਹਾਲ ਕਰਨ ਲਈ ਖੇਤੀਬਾੜੀ ਵਿਭਾਗ ਪੱਬਾ ਭਾਰ ਨਜ਼ਰ ਆ ਰਿਹਾ। ਪਿਛਲੇ ਕਈ ਦਹਾਕਿਆਂ ਤੋਂ ਗੁਲਾਬੀ ਸੁੰਡੀ ਦੇ ਲਗਾਤਾਰ ਹੋ ਰਹੇ ਹਮਲਿਆਂ ਕਾਰਨ ਨਰਮਾ ਪੱਟੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਸੀ ਤੇ ਕਿਸਾਨਾਂ ਵੱਲੋਂ ਹੌਲੀ ਹੌਲੀ ਨਰਮੇ ਦੀ ਫਸਲ ਤੋਂ ਕਿਨਾਰਾ ਕਰ ਲਿਆ ਗਿਆ, ਜਿਸ ਕਾਰਨ ਨਰਮੇ ਹੇਠਲਾ ਰਕਬਾ ਤੇਜ਼ੀ ਦੇ ਨਾਲ ਘਟਣ ਲੱਗਿਆ, ਜਿਸ ਨੇ ਖੇਤੀਬਾੜੀ ਵਿਭਾਗ ਦੀ ਚਿੰਤਾ ਵਧਾ ਦਿੱਤੀ। ਪਰ ਹੁਣ ਵਿਭਾਗ ਦੇ ਵੱਲੋਂ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਇਸ ਸਾਲ ਨਰਮੇ ਹੇਠ ਰਕਬਾ ਵਧਾਉਣ ਲਈ ਅਗੇਤੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ, ਜਿਸ ਦੇ ਚਲਦਿਆਂ ਪਿੰਡ ਪਿੰਡ ਜਾ ਕੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਵੱਲੋਂ ਕਿਸਾਨਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਪਿੰਡ ਨੇ ਅਸੀਂ ਕੋਸ਼ਿਸ਼ ਕੀਤੀ ਆ ਵੀ ਇੱਕ ਜਿਹੜਾ ਮਾਹਰ ਹੈਗਾ ਉਹਨੂੰ 3 ਜਾਂ 4 ਪਿੰਡ ਦਿੱਤੇ ਜਾਣ ਤਾਂ ਕਿ ਅਸੀਂ ਇਕੱਲੇ ਇਕੱਲੇ ਕਿਸਾਨ ਜਿਨ੍ਹਾਂ ਨੇ ਨਰਮਾ ਬਿਜਾਈ ਕਰਨੀ ਆ ਉਹਨਾਂ ਤੱਕ ਪਹੁੰਚ ਕਰ ਸਕੇ। ਇਸ ਤੋਂ ਪਹਿਲਾਂ ਅਸੀਂ ਛਿਟੀਆਂ ਦਾ ਸਫਾਈ ਕਰਾਈ ਆ ਜਾਂ ਉਹਨਾਂ ਨੂੰ ਨਸ਼ਟ ਕਰਾਇਆ ਕਿਉਂਕਿ ਉਹਦੇ ਨਾਲ ਗੁਲਾਬੀ ਸੁੰਡੀ ਫੈਲਦੀ ਆ। ਨਦੀਨਾਂ ਦਾ ਖਾਤਮਾ ਸਾਰੇ ਮਹਿਕਮਿਆਂ ਵੱਲੋਂ ਕਰਵਾਇਆ ਕਿਉਂਕਿ ਉਹਦੇ ਰਾਹੀਂ ਚਿੱਟੀ ਮੱਖੀ ਫੈਲਦੀ ਆ, ਆਉਣ ਵਾਲੇ ਸਮੇਂ ਦੇ ਵਿੱਚ ਉਹਦਾ ਹਮਲਾ ਹੋ ਸਕਦਾ। ਇਸ ਕਰਕੇ ਹੁਣ ਅਸੀਂ ਜਿਹੜਾ ਟੀਮਾਂ ਦੇ ਰਾਹੀਂ ਕਿਸਾਨਾਂ ਨੂੰ ਗਾਈਡ ਵੀ ਕਰ ਰਹੇ ਹਾਂ ਅਤੇ ਉਹਨਾਂ ਦੇ ਖੇਤਾਂ ਦੇ ਵਿੱਚ ਜਾ ਕੇ ਉਹਨਾਂ ਦੀ ਮੌਕੇ 'ਤੇ ਬਿਜਾਈ ਵੀ ਕਰਵਾ ਰਹੇ ਹਾਂ। ਵਿਭਾਗ ਵੱਲੋਂ ਨਰਮੇ ਨੂੰ ਗੁਲਾਬੀ ਸੁੰਡੀ ਦੇ ਹਮਲੇ ਤੋਂ ਬਚਾਉਣ ਲਈ ਵੀ ਪਹਿਲਾਂ ਹੀ ਤਿਆਰੀ ਖਿੱਚ ਲਈ ਗਈ ਹੈ। ਸੁੰਡੀ ਦੀ ਰੋਕਥਾਮ ਲਈ ਅਸੀਂ ਸਭ ਤੋਂ ਕਾਰਨ ਵੱਡਾ ਹੈਗਾ ਜਿਹੜੀਆਂ ਗੁਲਾਬੀ ਸੁੰਡੀ ਜਦੋਂ ਫੈਲਦੀ ਆ ਵੀ ਛਿਟੀਆਂ ਜਿਹੜੀਆਂ ਪਈਆਂ ਸਾਡੇ ਖੇਤਾਂ ਜਾਂ ਘਰਾਂ ਦੇ ਵਿੱਚ ਉਹਨਾਂ ਨੂੰ ਖਤਮ ਕਰਨਾ ਜਾਂ ਉਹਨਾਂ ਨੂੰ ਝਾੜ ਕੇ ਰਖਾਉਣਾ, ਇਹਦੇ 90% ਕੰਮ ਜਿਹੜਾ ਹੱਲ ਜਿਹੜਾ ਗੁਲਾਬੀ ਸੁੰਡੀ ਦਾ ਛਿਟੀਆਂ ਨੂੰ ਖਾਤਮਾ ਅਤੇ 10% ਜਿਹੜੀਆਂ ਸਾਡੀਆਂ ਜਿਹੜੀਆਂ ਜਿੰਨਿੰਗ ਫੈਕਟਰੀਜ਼ ਆ ਜਿਨ੍ਹਾਂ ਦੇ ਵਿੱਚ ਨਰਮੇ ਦੀ ਬਲਾਈ ਹੁੰਦੀ ਆ ਉਹਨਾਂ ਦੇ ਵਿੱਚ ਜਿਹੜੇ ਵੜੇਵੇਂ ਪਏ ਹੁੰਦੇ ਆ ਜਾਂ ਤੇਲ ਮਿੱਲਾਂ ਦੇ ਵਿੱਚ ਵੜੇਵੇਂ ਪਏ ਹੁੰਦੇ ਆ ਉੱਥੇ ਅਸੀਂ ਫਿਊਮੀਗੇਸ਼ਨ ਕਰਾਤੀ ਆ, ਫੈਰੋਮਨ ਟਰੈਪ ਲੱਗੇ ਹੋਏ ਆ ਤਾਂ ਕਿ ਉੱਥੇ ਜਦੋਂ ਪਤੰਗਾ ਨਿਕਲਦਾ ਉਹ ਫੈਰੋਮਨ ਟਰੈਪ ਦੇ ਵਿੱਚ ਫਸ ਜਾਂਦਾ ਅਤੇ ਸਾਨੂੰ ਪਤਾ ਲੱਗ ਜਾਂਦਾ ਵੀ ਇਸ ਫੈਕਟਰੀ ਜਾਂ ਇਸ ਮਿੱਲ ਦੇ ਵਿੱਚ ਕਿੰਨਾ ਕੁ ਗੁਲਾਬੀ ਸੁੰਡੀ ਦੇ ਅੰਸ਼ ਵੜੇਵੇਂ ਦੇ ਵਿੱਚ ਹੈਗੇ ਆ ਅਤੇ ਉਸ ਮੁਤਾਬਕ ਅਸੀਂ ਉਹਦਾ ਕੰਟਰੋਲ ਜਾਂ ਉਹਦੀ ਫਿਊਮੀਗੇਸ਼ਨ ਜਾਂ ਉਹਦੀ ਸਾਫ਼ ਸਫਾਈ ਕਰਵਾ ਲਏ। ਇੰਨੇ ਨਹੀਂ, ਇਸ ਮੁਹਿੰਮ ਦੇ ਦੌਰਾਨ ਕੋਈ ਰੁਕਾਵਟ ਨਾ ਪੈਦਾ ਹੋ ਸਕੇ ਇਸ ਦੇ ਲਈ ਵਿਭਾਗ ਦੇ ਵੱਲੋਂ ਅਧਿਕਾਰੀਆਂ ਅਤੇ ਕਰਮਚਾਰੀਆਂ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਗਈਆਂ। ਛੁੱਟੀਆਂ ਇਹ ਆ ਵੀ ਜਿੰਨਾ ਚਿਰ ਬਿਜਾਈ ਚੱਲਦੀ ਆ ਤਕਰੀਬਨ ਸਾਡੀ 15 ਮਈ ਤੱਕ ਸਿਫਾਰਿਸ਼ ਆ ਖੇਤੀਬਾੜੀ ਯੂਨੀਵਰਸਿਟੀ ਵੱਲੋਂ, ਪਰ ਇਸ ਵਾਰ ਕਣਕ ਲੇਟ ਹੋਈ ਆ, ਉਹਦੀ ਹਾਰਵੈਸਟਿੰਗ ਕਟਾਈ ਲੇਟ ਹੋਈ ਆ ਅਤੇ ਅਸੀਂ 25 ਤੱਕ ਸਾਡੀ ਜਿਹੜੀ ਕਟਾਈ ਜਾ ਸਕਦੀ ਆ, ਉਦੋਂ ਤੱਕ ਜਿਹੜੇ ਵੀ ਸ਼ਨੀ ਜਾਂ ਐਤਵਾਰ ਆਉਂਦੇ ਆ ਜਾਂ ਸਰਕਾਰੀ ਛੁੱਟੀ ਆਉਂਦੀ ਆ ਉਹ ਸਾਡੇ ਬੰਦ ਹੈਗੀ ਆ। ਜਿੰਨੇ ਵੀ ਸਾਡੇ ਖੇਤੀ ਮਾਹਰ ਖੇਤਾਂ ਦੇ ਵਿੱਚ ਕੰਮ ਕਰ ਰਹੇ ਹਾਂ ਉਹਨਾਂ ਦੀਆਂ ਛੁੱਟੀਆਂ ਉਦੋਂ ਤੱਕ ਬੰਦ ਆ ਤਕਰੀਬਨ 25 ਮਈ ਤੱਕ ਜਦੋਂ ਤੱਕ ਅਸੀਂ ਬਿਜਾਈ ਕਰਵਾ ਲਵਾਂਗੇ। ਜ਼ਾਹਿਰ ਹੈ ਕਿ ਕਿਸਾਨਾਂ ਨੂੰ ਖੇਤ ਤੇ ਫਿਰ ਮੰਡੀਆਂ 'ਚ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਾ ਆਵੇ, ਇਸ ਗੱਲ ਤੇ ਪੰਜਾਬ ਸਰਕਾਰ ਵੱਲੋਂ ਖਾਸ ਕਰਕੇ ਧਿਆਨ ਦਿੱਤਾ ਜਾ ਰਿਹਾ। ਇਸੇ ਲਈ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਹੀ ਖੇਤੀਬਾੜੀ ਵਿਭਾਗ ਦੇ ਵੱਲੋਂ ਸਮੇਂ-ਸਮੇਂ ਅਜਿਹੇ ਅਭਿਆਨ ਚਲਾ ਕੇ ਕਿਸਾਨਾਂ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ। ਦੈਨਿਕ ਸਵੇਰਾ ਲਈ ਅਵਿਨਾਸ਼ ਦੀ ਰਿਪੋਰਟ। ਦੇਸ਼ ਦੁਨੀਆ ਕੀ ਹਰ ਖਬਰ ਸਬਸੇ ਪਹਿਲੇ ਦੇਖਨੇ ਕੇ ਲਈ ਫਾਲੋ ਕਰੇ ਦੈਨਿਕ ਸਵੇਰਾ ਟੀਵੀ ਯੂਟਿਊਬ ਫੇਸਬੁੱਕ ਇੰਸਟਾਗ੍ਰਾਮ ਐਕਸ ਔਰ ਵਟਸਐਪ ਚੈਨਲ ਪਰ।